ਇਹ ਤਸਵੀਰਾਂ ਅੰਮ੍ਰਿਤਸਰ ਦੇ ਛਰਹੇਟਾ ਰੋਡ ਤੇ ਪੈਂਦੇ SBI ਬੈਂਕ ਦੇ ATM ਦੀਆਂ ਨੇ ਜਿੱਥੇ ATM 'ਚ ਖੜੀ ਇਸ ਕੁੜੀ ਨਾਲ ਹੁਣ ਤੋਂ ਕੁਝ ਸੈਕਿੰਡਾਂ ਬਾਅਦ ਅਜਿਹਾ ਕੁਝ ਹੋਣ ਵਾਲਾ ਹੈ ਜਿਸ ਦੀ ਕਦੇ ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਪੰਜਾਬ ਦੇ ATM 'ਚ ਅਜਿਹੀ ਘਟਨਾ ਵਾਪਰ ਸਕਦੀ ਹੈ। ਤਸਵੀਰਾਂ 'ਚ ਨਜ਼ਰ ਆ ਰਹੀ ਇਸ ਕੁੜੀ ਦਾ ਨਾਂ ਨੇਹਾ ਵਰਮਾ ਜੋ ਬੈਂਕ ਦੇ ਨੇੜੇ ਪੈਂਦੇ ਇੱਕ ਲੈਬ 'ਚ ਕੰਮ ਕਰਦੀ ਹੈ ਤੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਦਿਨ ਦਿਹਾੜੇ ATM ਦੇ ਵਿੱਚ ਕੋਈ ਇਸ ਦੇ ਇਕੱਲੇਪਣ ਦਾ ਇੰਨਾ ਜ਼ਿਆਦਾ ਨਜਾਇਜ਼ ਫਾਇਦਾ ਚੁੱਕ ਸਕਦਾ ਹੈ। ਜਿਵੇਂ ਹੀ ਨੇਹਾ ਆਪਣੇ ਕੰਮ ਵਾਲੀ ਥਾਂ ਤੋਂ ਪੈਸੇ ਕਢਵਾਉਣ ATM ਪਹੁੰਚੀ ਤਾਂ ਤਸਵੀਰਾਂ 'ਚ ਤੁਹਾਨੂੰ ਨਜ਼ਰ ਆਏਗਾ ਕਿ ਇੱਕ ਵਿਅਕਤੀ ਬਾਹਰ ਖੜਾ ਸਭ ਕੁਝ ਬੜੇ ਗੌਰ ਨਾਲ ਅੰਦਰ ਵੱਲ ਨੂੰ ਵੇਖ ਰਿਹਾ ਹੈ, ਜੋ ਕਦੇ ਖੱਬੇ ਦੇਖਦਾ ਹੈ ਤੇ ਕਦੇ ਸੱਜੇ ਤੇ ਕਦੇ ATM 'ਚ ਖੜੀ ਨੇਹਾ ਵਰਮਾ ਨੂੰ ਟਿਕ ਟਿਕ ਹੀ ਲਗਾ ਕੇ ਦੇਖਦਾ ਰਹਿੰਦਾ ਹੈ। ਜਿਵੇਂ ਹੀ ਨੇਹਾ ਵਰਮਾ ਪੈਸੇ ਕਢਵਾ ਲੈਂਦੀ ਹੈ ਤਾਂ ਪਿੱਛੋਂ ਲੋਈ ਲਪੇਟੀ ਆਉਂਦਾ ਬੰਦਾ ਨੇਹਾ ਨਾਲ ਅਜਿਹਾ ਕਾਰਾ ਕਰ ਦਿੰਦਾ ਹੈ ਕਿ ਸਾਰੀ ਘਟਨਾ CCTV 'ਚ ਕੈਦ ਹੋ ਜਾਂਦੀ ਹੈ। ਹੁਣ ਸੁਣੋ ਨੇਹਾ ਕੋਲ ਕਿੰਨੇ ਪੈਸੇ ਸਨ ਤੇ ਉਹ ਕਿਵੇਂ ATM ਤੱਕ ਪਹੁੰਚੀ ਤੇ ਸੁੰਨੀ ਥਾਂ ਦਾ ਨੌਜਵਾਨ ਨੇ ਕਿਵੇਂ ਨਜਾਇਜ਼ ਫਾਇਦਾ ਚੁੱਕ ਕੇ ਕੁੜੀ ਨਾਲ ਧੱਕਾ ਕੀਤਾ ਅਤੇ ਜਿਸ ਵੇਲੇ ਸਾਰਾ ਕਾਂਡ ਵਾਪਰਿਆ ਉਸ ਵੇਲੇ ਆਖਿਰ ਸਿਕਿਉਰਿਟੀ ਗਾਰਡ ਕੀ ਕਰ ਰਿਹਾ ਸੀ? ਸਵੇਰੇ ਦਾ ਸਮਾਂ ਸੀਗਾ ਵੀ ਲੜਕੀ ਜਿਹੜੀ ਆ ਇੱਥੋਂ ਨੇਹਾ ਵਰਮਾ ਤੇ ਵੈਰੀਫਾਈ ਡਾਇਗਨੋਸਿਸ ਦੇ ਵਿੱਚ ਉਹ ਲੱਗੀ ਹੋਈ ਆ ਕੁੜੀ ਤੇ ਉਹ ਆਪਣੀਆਂ BRTC ਦੀ ਜਿਹੜੀ ਗਰਿੱਲ ਜਿਹੜੀ ਪਾਰ ਕਰਕੇ ਤੇ ਇੱਧਰ ਸਾਹਮਣੇ ਆਪਣੇ ਪੈਸੇ ਕਢਾਉਣ ਵਾਸਤੇ ਆਈ ਸੀ ਅਤੇ ਜਿਹੜਾ ATM ਦੇ ਵਿੱਚੋਂ ਪੈਸੇ ਉਹਨੇ ਕਢਾਏ ਨੇ 8,000 ਰੁਪਈਆ ਅਤੇ ਉਹਦੇ ਕਿਤੇ ਪਿੱਛੇ ਹੀ ਇਹ ਮੁੰਡੇ ਕਿਤੇ ਲੱਗੇ ਸੀਗੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਜਿਹੜਾ ਅੰਦਰ ਸਰਦਾਰ ਜਿਹਨੇ ਪੀਲੇ ਰੰਗ ਦਾ ਪਟਕਾ ਬੰਨਿਆ ਸੀਗਾ ਅਤੇ ਲੋਈ ਦੀ ਬੁੱਕਲ ਮਾਰੀ ਸੀ ਅਤੇ ਇੱਕ ਬੰਦਾ ਉਹਦੇ ਦੱਸਣ ਮੁਤਾਬਕ ਲੜਕੀ ਦੇ ਵੀ ਇੱਕ ਬਾਹਰ ਸੀਗਾ। ਥੋੜ੍ਹਾ ਜਿਹਾ ਆ ਵੀ ਇੱਥੇ ਆਵਾਜਾਈ ਥੋੜ੍ਹੀ ਜਿਹੀ ਘੱਟ ਹੈ ਕਿਉਂਕਿ ਸਲੀਪਰ ਰੋਡ ਦੇ ਉੱਤੇ ਆਪਣਾ ਬੈਂਕ ਹੈ SBI ਅਤੇ ਉੱਥੋਂ ਜਦੋਂ ਉਹਨੇ ਪੈਸੇ ਕਢਾਏ ਆ ਤੇ ਉਹਨੇ ਅੰਦਰ ਵੜ ਕੇ ਇਕੱਲੀ ਹੁੰਦੀ ਵੇਖ ਕੇ ਤੇ ਉਹਨੇ ਪੈਸੇ ਉਹਦੇ ਕੋਲ ਖੋਲੇ ਆ। ਸਿਕਿਉਰਿਟੀ ਗਾਰਡ ਹੈਗਾ ਸੀਗਾ, ਸਿਕਿਉਰਿਟੀ ਗਾਰਡ ਦੇ ਪੁੱਛਣ ਮੁਤਾਬਕ ਬਈ ਇਹ ਅੰਦਰ ਗਿਆ ਸੀ ਪਿਸ਼ਾਬ ਕਰਨ ਵਾਸਤੇ। ਬਾਕੀ ਉਹਦੀ ਫੋਟੋ ਆ ਗਈ ਹੈ, ਕਲੂ ਸਾਨੂੰ ਵੈਸੇ ਮਿਲ ਗਏ ਆ। ਇਹਨੂੰ ਇਹ ਵੀ ਜਲਦ ਤੋਂ ਜਲਦ ਇਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਇਹਦੇ ਬਕਾਇਦਾ ਇਹਦੇ ਪੋਸਟਰ ਬਣਾ ਕੇ ਵੀ ਜਿਹੜੇ ਆ ਇਲਾਕੇ ਦੇ ਵਿੱਚ ਆਪਣਾ ਲਗਾਏ ਜਾਣਗੇ। ਮੇਰੀ ਨਵੀਂ ਪੋਸਟਿੰਗ ਹੈਗੀ ਆ, ਮੈਂ ਮਤਲਬ ਮੈਨੂੰ ਇੱਥੇ ਮਹੀਨਾ ਹੀ ਹੋਇਆ ਜੇ, ਬਟ ਪਹਿਲੀਆਂ ਕੋਈ ਹੋਈਆਂ ਹੋਣਗੀਆਂ ਵਾਰਦਾਤਾਂ, ਉਹਨਾਂ ਬਾਰੇ ਮੈਂ ਨਹੀਂ ਤੁਹਾਨੂੰ ਦੱਸ ਸਕਦਾ। ਸਿਰਫ ਇਹੋ ਹੀ ਆ ਵੀ ਜਿਹੜੀ ਅੱਜ ਦੀ ਵਾਰਦਾਤ ਹੋਈ ਹੈ ਇਹ 100% ਹੈ ਵੀ ਇਹਨੂੰ ਅਸੀਂ ਟਰੇਸ ਕਰ ਲਵਾਂ। ਬਾਕੀ ਮੈਂ ਆਪਣੀਆਂ ਸਾਰੀਆਂ ਟੀਮਾਂ ਬਣਾ ਕੇ ਵੀ ਭੇਜੀਆਂ ਹੋਈਆਂ ਸੀਗੀਆਂ ਮੁੰਡਿਆਂ ਨੂੰ, ਵੀ ਮੁੰਡੇ ਦੀ ਆਪਣੀ ਜਿਹੜੀ ਫੋਟੋ ਵਿਖਾਈਏ ਇਲਾਕੇ ਦੇ ਵਿੱਚ ਵੀ ਕੋਈ ਇਸ ਬੰਦੇ ਨੂੰ ਕੋਈ ਜਾਣਦਾ ਪਛਾਣਦਾ ਹੋਵੇ। ਫਿਲਹਾਲ ਹੁਣ ਪੁਲਿਸ 100% ਮੁਲਜ਼ਮਾਂ ਨੂੰ ਫੜਨ ਦੀ ਗੱਲ ਤਾਂ ਕਰ ਰਹੀ ਹੈ, ਪਰ ਅਸਲ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਿਰ ਕਦੋਂ ਮੁਲਜ਼ਮ ਕਾਬੂ ਆਉਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।